ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ। ਸਾਡਾ ਆਪਣਾ ਕੈਲਾਸ਼ ਨਗਰ ਗਲੀ ਨੰਬਰ 3 ਦੇ ਅਸੀਂ ਰਹਿਣ ਵਾਲੇ ਹਾਂ। ਕੱਲ੍ਹ ਸਰ 12:15 ਦੀ ਗੱਲ ਹੈ ਕਿ ਮੇਰਾ ਛੋਟਾ ਬ੍ਰਦਰ ਹੈ, ਇੱਕ ਤਾਂ ਉਹਨੂੰ ਸਾਡਾ ਹੌਜ਼ਰੀ ਦਾ ਕੰਮ ਆ, ਉਹਨੂੰ ਪੈਸੇ ਪੁਸੇ ਦੇ ਕੇ ਮੈਂ ਬਾਜ਼ਾਰ ਸਮਾਨ ਸਮੂਨ ਲੈਣ ਭੇਜਿਆ ਹੈਗਾ, ਔਰ ਉੱਧਰੋਂ 12:00 ਇੱਧਰੋਂ ਘਰੋਂ ਨਿਕਲਿਆ ਹੈਗਾ, 12:15 ਪੈਟਰੋਲ ਪਵਾਉਣ ਲੱਗਿਆ, ਉਹ ਮਾੜੀ ਮੋਟੀ ਕੋਈ ਬਾਈਕ ਲੱਗ ਗਈ ਜਾਂ ਕੁਛ ਹੋ ਗਿਆ, ਉਹਦੇ ਨਾਲ ਬਹਿਸਬਾਜ਼ੀ ਹੋਣ ਕਰਕੇ ਉਹ ਦੂਜੇ ਪਰ ਧਿਰ ਦੇ ਬੰਦੇ ਨੇ ਕਾਫੀ ਲਮਸਮ 20-25 ਮੁੰਡੇ ਹੈਗੇ ਸਾਡੇ, ਉਹ ਵੀ ਕੋਲ ਦਾ ਹੀ ਆ, ਕੈਲਾਸ਼ ਨਗਰ ਗਗਨਦੀਪ ਕਲੋਨੀ ਦੇ ਨੇ, ਉਹ ਘੱਟ ਤੋਂ ਘੱਟ 20-25 ਜਣੇ ਨੇ ਆ ਕੇ ਕਾਫੀ ਕੁੱਟਮਾਰ ਕੀਤੀ। ਜਦ ਨੂੰ ਮੇਰੇ ਬ੍ਰਦਰ ਨੇ ਮੈਨੂੰ ਫੋਨ ਕੀਤਾ, ਔਰ ਅਸੀਂ ਘੱਟ ਤੋਂ ਘੱਟ ਨਹੀਂ ਜਿੰਨੀ ਜਲਦੀ ਹੋ ਸਕੇ, ਮੇਰੇ ਦੋ ਮੁੰਡੇ ਸੀ ਉਹ ਵੀ ਆਪਣੇ ਕੋਲ ਕੰਮ ਕਰਦੇ ਨੇ, ਉਹ ਜਦ ਨੂੰ ਛੁਡਾਉਣ ਗਏ ਨੇ, ਉਹ ਦੋ ਬੰਦਿਆਂ ਦਾ ਕਿੱਥੋਂ ਬੱਸ ਚੱਲਦਾ ਹੈਗਾ ਜਿੱਥੋਂ ਮੁੜੇ 20-25 ਜਣੇ ਹੋਣ, ਕਿਉਂਕਿ ਕਾਫੀ ਬਹੁਤ ਸਾਰਾ ਨੁਕਸਾਨ ਹੋਇਆ ਹੈਗਾ। ਅਸੀਂ ਤਾਂ ਦੇਖੋ ਇਹ ਮੰਗ ਕਰਦੇ ਹਾਂ ਕਿ ਜੋ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ, ਜੋ ਸਾਡਾ ਉਹਨਾਂ ਦੇ ਉੱਤੇ ਬਣਦੀ ਕਾਨੂੰਨ ਕਾਰਵਾਈ ਕੀਤੀ। ਇਹ ਤਾਂ ਦੇਖੋ ਇਹ ਤਾਂ ਸ਼ਰੇਆਮ ਗੁੰਡਾਗਰਦੀ ਹੋ ਗਈ ਜੀ, ਇਹ ਤਾਂ ਸ਼ਰੇਆਮ ਗੁੰਡਾਗਰਦੀ ਹੈ ਕਿ ਮੰਨ ਕੇ ਚੱਲੋ ਕੋਈ ਗੱਲ ਹੁੰਦੀ ਆ, ਔਰ ਜਿਹੜੇ ਬੰਦਿਆਂ ਨਾਲ ਇੱਦਾਂ ਦਾ ਕੰਮ ਹੋਇਆ ਵੀ ਆ, ਉਹ ਬੰਦੇ ਮੰਨ ਕੇ ਚਲੋ ਆਮ ਸਾਲੇ ਨੇ ਛੇੜੀ ਬੰਦੇ ਵਿਹਲੜ ਹੈਗੇ ਜਿਹੜੇ ਸਾਰਾ ਦਿਨ ਲੜਾਈਆਂ ਝਗੜੇ ਕਰਦੇ, ਉਹਨਾਂ ਮੁੰਡਿਆਂ ਨੇ 2-3 ਦਿਨ ਪਹਿਲਾਂ ਵੀ ਇੱਥੇ ਆਪਣੇ ਮੁਹੱਲੇ ਦੇ ਵਿੱਚ ਕਿਸੇ ਬੰਦੇ ਨੂੰ ਕੁੱਟਿਆ, ਉਹਨਾਂ ਬੰਦਿਆਂ ਉਹਦੇ ਕੁੱਟਣ ਕਰਕੇ ਉਹਨਾਂ ਬੰਦਿਆਂ ਦਾ ਹੌਸਲਾ ਜਿਹੜਾ ਵੱਧ ਗਿਆ ਹੈਗਾ। ਸਰ ਜੀ ਪੁਲਿਸ ਤਾਂ ਦੇਖੋ ਕੱਲ੍ਹ ਇੱਕ ਵਾਰ ਜਾ ਕੇ ਆਈ ਆ, ਔਰ ਉਹ ਬੰਦੇ ਘਰੇ ਨਹੀਂ ਮਿਲੇ ਹੈਗੇ, ਹੁਣ ਅੱਜ ਸਵੇਰੇ ਫਿਰ ਦੁਬਾਰਾ ਪੁਲਿਸ ਜਾ ਕੇ ਆਈ ਆ, ਉਹ ਬੰਦੇ ਫਿਰ ਨਹੀਂ ਘਰੇ। ਹੁਣ ਅਸੀਂ ਤਾਂ ਚਾਹੁੰਦੇ ਕਿ ਜਿੰਨੀ ਤੋਂ ਜਲਦੀ ਹੋ ਸਕੇ ਉਹਨਾਂ 'ਤੇ ਮਣਦੀ ਕਾਰਵਾਈ ਕਰਨੀ ਚਾਹੀਦੀ ਆ, ਔਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ, ਔਰ ਸਾਡੇ ਮੁੰਡੇ ਦੇ ਕਾਫੀ ਸੱਟਾ